सिद्धू मूसेवाले का बंबीहा कला चढ़ते पंजाब च नहीं सी बोलता, टिब्बिया के पुत की लेंदे पंजाब च भी पूरी चढ़ाई सी। उदी मौत तो बाद हले तिकर भी लेंदे पंजाब पाकिस्तान च जवाक जद भी किसी पग बन्ने सिख नू वेखदे ने ते जवाकां दीआं जबानां उत्ते सिद्धू दे गाने शुरू हो जांदे ने। अज सिद्धू दे नाल मुहब्बत करन वाले एक ऐसे पाकिस्तानी दा होटल विखालन लगा जिसने मुहब्बत नू धर्म दे नालों वड्डा साबित कर दिता। इस होटल दा इफ्तिताह सन 2023 च सिद्धू मूसेवाले ने आप पाकिस्तान आके अपने हत्थी करना सी, पर रब नू जो मंजूर सी ओ ते इत्थे नहीं आ सकिया। पर उदे ना तो इस होटल दे मालक ने मूसेवाले दी मुहब्बत च अपने होटल दा नाम मूसेवाला रेस्टोरेंट रख दिता। ये होटल लेंदे पंजाब पाकिस्तान दे जिला टोबा टेक सिंह दे शहर गोजरा तो पैंसरा फैसलाबाद रोड दे उत्ते अड्डा 83 पुली ते आंदा है। होटल दे मालक अली रजा जट नाल गलबात करदे आ। सिद्धू मूसेवाले नाल मेरी गल हुई सी कैनेडा दे विच, उदों सारे रिलेटिव रहिंदे आ। उन्होंने मेरी इन्हें गल करवाई सी। तुहानू पता कि जिहड़े मतलब इंडिया पंजाब दे लोग आ इन्हां दा सिख कैनेडा नाल बहुत रिलेशन आ, लोग बहुत ज़्यादा आंदे जांदे। मैं फिर साढ़े रिलेटिव उत्थे सी, मैं उन्होंने कहा सी कि अगर तुहाडे कोल शुभदीप आवे या सिद्धू मूसेवाला आवे तो मेरे नाल इन्हें तुसीं गल करवानी है। अच्छा, तो वह फिर जदों मतलब उत्थे गए आ ये, उत्थे फिर उन्होंने जाके मेरी इन्हां नाल गल करवाई है। उदों फिर मैं पाकिस्तान आने की दावत दी, उन्होंने मतलब दस्या पाकिस्तान च उन्होंने मेरे तो भी अलावा उन्होंने काफ़ी ज़्यादा दोस्त सके। उन्होंने भी दस्या मेरा है पाकिस्तान 2023 आने का प्लैन। तो मैं फिर उन्होंने कहा कि मैं क्या कर भाई तुम पाकिस्तान आते हो तो तुम लाजमी मेरे को आयो, मैं एक रेस्टोरेंट बना रहा वा, मैं चाहना खुद इफ्तिताह जरा मैं तुहाडे को करवा। सिद्धू मूसेवाले नूं जाणदे कदों तों? कदों तों उहनूं सुणदा शुरू कीता या पहला गाणा जदों इहदा मतलब आह सो हाई आया, उस तों बाद ही मैं इहनूं जानना शुरू कीता। अच्छा भाई, किहड़ा गाणा सी सिद्धू मूसेवाले दा ਜਿਹੜਾ ਮਤਲਬ ਤੁਹਾਨੂੰ ਬਹੁਤ ਚੰਗਾ ਲੱਗਦਾ ਹੋਵੇ, ਜਿਹੜਾ ਤੁਸੀਂ ਵਾਰ ਵਾਰ ਸੁਣਦੇ ਹੋ? ਕਿ ਮੈਨੂੰ ਸਿੱਧੂ ਦੇ ਸਾਰੇ ਹੀ ਗਾਣੇ ਮਤਲਬ ਲਾ ਲਓ, ਉਹ ਗਾਣਿਆਂ ਤੋਂ ਹਟ ਕੇ ਇੱਕ ਮੋਟੀਵੇਸ਼ਨ ਉਹਨਾਂ ਦੇ ਵਿੱਚ ਸੀਗੀ। ਮੈਂ ਉਹਦੇ ਗਾਣੇ ਇੱਕ ਮਸੀਕੀ ਦੇ ਅੰਦਾਜ਼ ਨਾਲ ਹੀ ਸੁਣਦੇ, ਇੱਕ ਮੋਟੀਵੇਸ਼ਨ ਦੇ ਅੰਦਾਜ਼ ਨਾਲ ਸੁਣਦਾ ਸੀਗਾ। ਅੱਛਾ, ਤੇ ਉਹਦੇ ਵਿੱਚ ਸੋ ਹਾਈ ਗਾਣਾ ਜਿਹੜਾ ਵਾ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਤੇ ਤੁਸੀਂ ਇਹ ਲਾਇਆ ਨਾ ਬੈਨਰ, ਇਹਦੇ ਤੋਂ ਜਿਹੜਾ ਪਿਛਲਾ ਸੀ ਉਹਦੇ ਉੱਤੇ ਨਾਲ ਲਿਖਿਆ ਸੀ ਉੱਚੀਆਂ ਨੇ ਗੱਲਾਂ ਤੇਰੇ ਯਾਰ, ਹਾਂਜੀ, ਫੋਟੋ ਦੇ ਨਾਲ। ਹਾਂਜੀ ਹਾਂਜੀ ਹਾਂਜੀ, ਤੇ ਉਹ ਸਰ ਫਿਰ ਇਦਾਂ ਕਿ ਥੀਮ ਥੋੜਾ, ਫਿਰ ਹਰ ਫਲੈਕਸ ਦਾ ਅਲੱਗ ਅਲੱਗ ਹੁੰਦਾ, ਫਿਰ ਇਸ ਦਫਾ ਥੀਮ ਬਦਲਿਆ ਵਾ ਇਨਸ਼ਾਅੱਲਾ ਤਾਲਾ। ਹੁਣ ਨੈਕਸਟ ਤੁਸੀਂ ਉਹਦੀ ਮਤਲਬ ਵਫਾਤ ਉਹਦੀ ਡੈਥ ਤੋਂ ਬਾਅਦ ਲਾਇਆ? ਬਾਅਦ ਲਾਇਆ। ਪਹਿਲੋਂ ਮਤਲਬ ਕੋਈ ਏਦਾਂ ਜ਼ਿਆਦਾ ਨਹੀਂ ਸੋਚਿਆ, ਪਹਿਲੋਂ ਸਿਰਫ ਇਫਤਿਤਾਹ ਤੱਕ ਦਾ ਸੀਗਾ ਤੇ ਇਫਤਿਤਾਹ ਉਹਦੇ ਹੱਥ ਦਾ, ਲੇਕਿਨ ਬਾਅਦ ਵਿੱਚ ਫਿਰ ਨਾਮ ਰੱਖਣ ਦਾ ਵੀ ਮਤਲਬ ਕਿਹਾ ਕਿ ਸ਼ਾਇਦ ਅੱਲਾ ਨੂੰ ਇਹ ਮਨਜ਼ੂਰ ਹੋਵੇ। ਤੇ ਅੱਛਾ ਭਾਜੀ, ਹੋਟਲ ਦਾ ਤੁਸੀਂ ਨਾਂ ਰੱਖਿਆ ਮੂਸੇਵਾਲਾ? ਹਾਂਜੀ, ਉਹ ਇੱਕ ਸਿੱਖ ਸੀ, ਇੱਕ ਗੁਲਕਾਰ ਸੀ। ਹਾਂਜੀ, ਆਪਣੇ ਇੱਥੇ ਮੁਸਲਮ ਨੇ ਸਾਰਾ ਮੁਸਲਮ ਆਪਾਂ ਜਿਹੜੇ ਗੱਲਾਂ ਕਰਦੇ ਨੇ, ਇੱਕ ਸਿੱਖ ਹਾਂਜੀ ਹਾਂਜੀ ਗੁਰੂਗਾਰ ਦੇ ਨਾਂ ਤੋਂ ਰੱਖਦਾ ਤੁਸੀਂ? ਉਹ ਸਰ ਜੀ, ਜੇ ਤਾਂ ਸਿੱਖ ਦੀ ਗੱਲ ਕਰੋ ਤੇ ਅਸੀਂ ਵੀ ਦੋ ਤਿੰਨ ਪੁਸ਼ਤਾਂ ਪਿੱਛੋਂ ਸਿੱਖ ਹੀ ਸੀਗੇ। ਹਾਂਜੀ, ਤੇ ਦੂਸਰੀ ਗੱਲ ਇਹ ਆ ਕਿ ਅਸੀਂ ਮਜ਼ਹਬ ਜ਼ਰੂਰ ਚੇਂਜ ਕੀਤਾ ਵਾ, ਅਲਹਮਦੁਲਿਲਾ ਮੁਸਲਮਾਨ ਆ, ਲੇਕਿਨ ਕਲਚਰ ਤੇ ਚੇਂਜ ਨਹੀਂ ਨਾ ਕੀਤਾ। ਲੇਕਿਨ ਇਹ ਮਜ਼ਹਬੀ ਨਹੀਂ, ਅਸੀਂ ਨਾ ਸਿੱਖਿਜ਼ਮ ਦਾ ਮਜ਼ਹਬ ਆ ਨਾ ਮੁਸਲਮ ਮਜ਼ਹਬ, ਇੱਕ ਪੰਜਾਬ ਦਾ ਕਲਚਰ ਆ, ਕਲਚਰ ਨੂੰ ਕਲਚਰ ਨਾ, ਹਾਂਜੀ ਕਲਚਰ ਨਾ ਨੂੰ ਅਸੀਂ ਕਹਿ ਸਕਦੇ ਹਾਂ, ਬਾਕੀ ਵਿਦਆਊਟ ਐਨੀ ਮਸਲਕ ਮਜ਼ਹਬ ਕੋਈ ਚੀਜ਼ ਨਹੀਂ। ਇੱਕ ਜਾਣ ਵਾਲਾ ਚਲਾ ਗਿਆ, ਠੀਕ ਆ, ਉਹਨੂੰ ਤਾਂ ਸਾਡੀ ਮੁਹੱਬਤ, ਉਹਦੇ ਪੇਰੈਂਟਸ ਨੂੰ ਸਾਡੀ ਮੁਹੱਬਤਾਂ ਦੀ ਜ਼ਰੂਰਤ ਆ, ਠੀਕ ਆ। ਅਗਰ ਦੇਖੋ ਉਹਦੇ ਪੇਰੈਂਟਸ ਤੱਕ ਅਗਰ ਮੈਸੇਜ ਪਾਕਿਸਤਾਨ ਚ ਗਿਆ ਹੋਏਗਾ ਤੇ ਦੇਖੋ ਉਹਨਾਂ ਦਾ ਬੇਟਾ ਤਾਂ ਨਹੀਂ ਵਾਪਸ ਆ ਸਕਦਾ, ਲੇਕਿਨ ਇੱਕ ਮਾਂ ਨੂੰ ਜਾਂ ਇੱਕ ਬਾਪ ਨੂੰ ਕਿੰਨੀ ਖੁਸ਼ੀ ਹੋਏਗੀ ਉਸ ਚੀਜ਼ ਦੀ। ਤੇ ਅਲਹਮਦੁਲਿਲਾ ਅਗਰ ਨਫ਼ਰਤ ਕਰਨ ਵਾਲੇ ਲੋਕ ਆ ਤੇ ਮੁਹੱਬਤ ਕਰਨ ਵਾਲੇ ਲੋਕ ਵੀ ਬਹੁਤ ਜ਼ਿਆਦਾ ਵਾ। ਜਦੋਂ ਤੁਸੀਂ ਵਫਾ ਦੀ ਉਹਦੀ ਡੈਥ ਦੀ ਖਬਰ ਸੁਣੀ ਹੈ, ਹਾਂਜੀ, ਕੀ ਦਿਲ ਤੇ ਬੀਤੀ? ਮੈਂ ਬਹੁਤ ਜ਼ਿਆਦਾ ਸ਼ੌਕ ਹੋਇਆ। ਮੇਰੇ ਕਜ਼ਨ ਨੇ ਜਦੋਂ ਮਤਲਬ ਮੈਨੂੰ ਸੈਂਡ ਕੀਤੀ ਨਾ, ਮਤਲਬ ਪਹਿਲਾਂ ਉਹਨੇ ਸੈਂਡ ਕੀਤੀ ਸਿੱਧੂ ਮੂਸੇਵਾਲਾ ਮਤਲਬ ਉਹਨਾਂ ਹਾਦਸਾ ਹੋਇਆ ਵਾ ਤੇ ਉਹ ਮਰਡਰ ਹੋ ਗਿਆ। ਫਿਰ ਤੁਹਾਨੂੰ ਪਤਾ ਸੈਲੀਬ੍ਰਿਟੀ ਦੀ ਅਕਸਰ ਖਬਰ ਉੱਡਦੀ ਰਹਿੰਦੀ ਹੁੰਦੀ ਹੈ, ਸੈਲੀਬ੍ਰਿਟੀ ਦਾ ਅਫਵਾਹ ਫੈਲ ਜਾਂਦੀ। ਮੈਂ ਮਤਲਬ ਇੱਕ ਚੀਜ਼ ਸੋਚ ਨਹੀਂ ਸਕਦਾ ਕਿ ਯਾਰ ਉਹਦੇ ਨਾਲ ਫਿਰ ਵੀ ਕਿਹਾ ਨਹੀਂ, ਮੈਂ ਫੇਕ ਆ, ਬਾਜ਼ ਦਫਾ ਮਤਲਬ ਸ਼ਕਲਾਂ ਮਿਲਦੀਆਂ ਹੁੰਦੀਆਂ ਬੰਦਿਆਂ ਦੀਆਂ। ਲੇਕਿਨ ਯਕੀਨ ਕਰੋ ਕਿ ਮੈਨੂੰ ਬਹੁਤ ਟਾਈਮ ਮਤਲਬ ਲੱਗਾ ਇਸ ਹਕੀਕਤ ਨੂੰ ਤਸਲੀਮ ਕਰਦਿਆਂ ਕਰਨਾ ਗਿਆ ਕਿ ਇਹ ਕੰਮ ਹੋ ਚੁੱਕਿਆ ਵਾ। ਤੇ ਅੱਲਾ ਮੇਰਾ ਗਵਾਹ ਵਾ ਕਿ ਲਾ ਲਓ ਕਹਿੰਦੇ ਕਿ ਦਿਲ ਟੁੱਟਦਾ, ਠੀਕ ਹੈ, ਲਫ਼ਜ਼ ਸੁਣਿਆ ਸੀਗਾ
लेकिन यकीन करो कि पहली दफा महसूस होया कि दिल टुटदा वा, वाकई टुटदा। वो चीज़ की होंगी, एक चीज़ ना तुहाडी वबस्तगी होवे, एक मुहब्बत होवे, तुहानू टचका जिहड़ा लगदा ना, उहदा नाम मेरे सारा दिल टुटना वा, वो मैं 100% मेरा। अच्छा भाई, उहदी डैथ तो बाद भी कोई गाने उहदे सुणदे हो जिहड़े आंदे ने, की उहनां दा सुणदे आ की महसूस करदे हो जदों उहदा गाना? हाँ जी, गाने उहदे आंदे आ, SYL आया सीगा उहनां दा, सुखे मुकामी सीगा, ते इक हुण पिछले दिनां च वी उहदा गाना आया, सुणदे आ सर, मतलब। लेकिन देखो जो चीज़ ओहदे हुंदे सी, वो चीज़ तो वो खला जिहड़ा वा वह तो नहीं कवर हो सकता। पंजाब का कल्चर से लैके चलता सी, लिटरेचर पढ़ता सी, पीर वारिस शाह का लिटरेचर पढ़ता सी, पीर बुले शाह का पढ़ता सी, ते वो साढ़े पंजाब का पुत सी। बिल्कुल जी बिल्कुल, ठीक है। गाणियां दी ना, गाणियां दी हकीकत बोलदी सी। हाँ जी, हुण तुसीं माशाल्लाह पढ़दे हो, तुसीं समझदे हो, देखो साडा पंजाब आ, ठीक है, लेकिन हुण तुसीं पंजाब विच पंजाबी दी कोई डिग्री नहीं है। इवें ही है बिल्कुल, ठीक है। अगर कोई डिग्री है वा उहदा अगे स्कोप नहीं हैगा, क्यों नहीं होना चाहिए, मतलब पंजाबी आ कि सानूं साडे कल्चर दी जरूरत नहीं हैगी, ठीक है। हुण अपने पिंडां देख लो, तुहानूं चादर तहमत बनण वाले बंदे नजर आउण हट गए, ठीक है। मतलब कि असीं अपने आप नूं गुलाम पिछे लै गए हां, असीं कल्चर नूं प्रमोट करना चाहिए, साडा कल्चर आप बहुत जरखेज आ। सिद्धू मूसेवाले दा मतलब तुसीं उहनां गल कीती नूं पहली वार, हां जी हां जी। ਦੇਖੋ ਇੱਕ ਉਹ ਸਟਾਰ ਸੀ, ਦੁਨੀਆਂ ਨੂੰ ਜਾਣਦੀ ਸੀ, ਹਾਂਜੀ, ਬੜਾ ਇੱਕ ਨਾਮ ਸੀ, ਕਿਉਂਕਿ ਇੱਕ ਬੰਦਾ ਮਾੜਾ ਜਿਹਾ ਤਾਂ ਹੁੰਦਾ, ਉਹਦੀ ਹਵਾ ਖਰਾਬ ਹੋ ਜਾਂਦੀ, ਹਾਂਜੀ, ਜਾਂ ਇੱਕ ਆਕੜ ਜੀ। ਅਸੀਂ ਉਹਦੀ ਵੀਡੀਓ ਮਤਲਬ ਅਕਸਰ ਵੇਖਦੇ ਹਾਂ, ਇੰਟਰਵਿਊ ਮਤਲਬ ਨਾ ਬੜਾ ਸਾਦਾ ਆ, ਸਿੰਪਲ ਉਹਦੀ ਜ਼ਬਾਨ ਦੇ ਅੰਦਰ, ਮੇਰੀ ਜ਼ਿੰਦਗੀ ਪਹਿਲੀ ਦਫਾ ਗੱਲ ਹੋ ਰਹੀ ਆ। ਜੇ ਮੈਨੂੰ ਇਸ ਦਿਨ ਦਾ ਅੰਦਾਜ਼ਾ ਹੁੰਦਾ ਤੇ ਮੇਰਾ ਹੁਣ ਦਿਲ ਕਰਦਾ ਸ਼ਾਇਦ ਉਸ ਟਾਈਮ ਕੋਈ ਮੋਬਾਈਲ ਤੇ ਰਿਕਾਰਡਿੰਗ ਲੱਗ ਜਾਂਦੀ ਆ, ਮੈਂ ਰਿਕਾਰਡਿੰਗ ਲਗਾ ਲੈਂਦਾ, ਤੇ ਲੇਕਿਨ ਬਿਲਕੁਲ ਇੱਕ ਅੱਛੇ ਮਾਹੌਲ ਦੇ ਵਿੱਚ, ਮੈਂ ਦੋਸਤਾਂ ਨਾਲ ਮਾਹੌਲ ਦੇ ਵਿੱਚ ਗੱਲ ਹੋਈ ਆ, ਮੈਂ ਦਾਵਤ ਦਿੱਤੀ ਉਹਨਾਂ ਪਾਕਿਸਤਾਨ ਦੀ, ਮੈਂ ਕਿਹਾ ਤੁਸੀਂ ਆਓ। ਉਹਨੇ ਕਿਦੋਂ ਦਾ ਕਿਹਾ ਸੀ ਕਿ ਮੈਂ ਆਉਂਗਾ? 2023 ਦਾ। ਅੱਛਾ, 2023 ਦਾ ਉਹਨੇ ਕਿਹਾ ਸੀ ਕਿ ਮੈਂ ਪਾਕਿਸਤਾਨ ਆਵਾਂ। ਅਸੀਂ ਇਹ ਸਮਝਦੇ ਹਾਂ ਕਿ ਮਾਂ ਬੋਲੀ ਜਿਹੜੀ ਸਾਡੀ ਆ, ਹੁਣ ਤੁਸੀਂ ਯੂਨੀਵਰਸਿਟੀ ਜਾਂਦੇ ਹੋ, ਤੁਹਾਨੂੰ ਉੱਥੇ ਉਰਦੂ, ਠੀਕ ਹੈ, ਸਾਡੀ ਮਤਲਬ ਕੌਮੀ ਜ਼ਬਾਨ ਆ, ਦਫ਼ਤਰੀ ਜ਼ਬਾਨ ਵੀ ਹੋਣੀ ਚਾਹੀਦੀ ਆ, ਲੇਕਿਨ ਅਸੀਂ ਅਗਰ ਬੋਲਦੇ ਹਾਂ ਤਾਂ ਅਦਾਰਿਆਂ ਦੇ ਵਿੱਚ ਸਾਨੂੰ ਮਤਲਬ ਸਮਝਿਆ ਜਾਂਦਾ ਯਾਰ ਅਨਪੜ੍ਹ ਆ, ਇਹ ਤਰਬੀਅਤ ਨਹੀਂ ਇਹਦੀ ਹੋਈ ਹੈ। ਲੇਕਿਨ ਯਾਰ ਪੰਜਾਬੀ ਤਾਂ ਤਰਬੀਅਤ ਨਾਲ ਤਾਂ ਲੱਗਦੇ, ਪੰਜਾਬੀ ਤਾਂ ਇੱਕ ਮਾਂ ਬੋਲੀ ਆ, ਠੀਕ ਹੈ, ਇਹਨੂੰ ਮਾਂ ਸਿਰਫ ਸਿੱਧੂ ਮੂਸੇਵਾਲੇ ਨੂੰ ਪ੍ਰਮੋਟ ਕਰਨ ਦਾ ਮਕਸਦ ਸਿਰਫ ਆਪਣੇ ਪੰਜਾਬੀ ਭਾਈਆਂ ਨੂੰ ਵੀ ਮੈਸੇਜ ਦੇਣਾ ਵਾ, ਉਹ ਖੁਦਾਰਾ ਆਪਣੀ ਬੋਲੀ ਤੂੰ ਆਪਣੇ ਕਲਚਰ ਤੋਂ ਦੂਰ ਨਾ ਜਾਓ, ਠੀਕ ਆ, ਇਹ ਨਾ ਹੋਵੇ ਕਿ ਕਵਾ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ, ਅਤੇ ਮਤਲਬ ਅਸੀਂ ਭੁੱਲਦੇ ਜਾ ਰਹੇ, ਜੋ ਸਾਡਾ ਪੰਜਾਬ ਸੀ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ, ਠੀਕ ਆ ਜੀ। ਅਗਲਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ।